ਆਮ ਆਦਮੀ ਪਾਰਟੀ ਐਮਐਲਏ ਨਰਿੰਦਰ ਕੌਰ ਭਰਾਜ ਚਰਚਾ 'ਚ ਨੇ। ਇਲਜ਼ਾਮਾਂ ਦੀ ਪੂਰੀ ਕਹਾਣੀ ਸਮਝੋ। ਦਰਅਸਲ ਸੰਗਰੂਰ ਜ਼ਿਲ੍ਹੇ ਦੇ ਪਿੰਡ ਪੱਟੀਵਾਲ ਕਲਾਂ 'ਚ ਪੰਚਾਇਤ ਘਰ ਦਾ ਨੀਂਹ ਪੱਥਰ ਰੱਖਿਆ ਗਿਆ, ਪਰ ਪਿੰਡ ਦੇ ਸਰਪੰਚ ਦਾ ਇਲਜ਼ਾਮ ਹੈ ਕਿ ਅਸੀਂ ਇੱਥੇ ਕੇਂਦਰ ਸਰਕਾਰ ਦੇ ਪੈਸੇ ਨਾਲ ਪਾਰਕ ਬਣਾ ਰਹੇ ਸੀ, ਜਿਸ ਦਾ ਤਕਰੀਬਨ 45% ਕੰਮ ਪੂਰਾ ਹੋ ਚੁੱਕਾ ਸੀ, ਪਰ ਵਿਧਾਇਕਾ ਜੀ ਨੇ ਪੰਚਾਇਤ ਘਰ ਦਾ ਨੀਂਹ ਪੱਥਰ ਰੱਖ ਦਿੱਤਾ। ਹੋਰ ਤਾਂ ਹੋਰ, ਜਿੰਨੀ ਦੇਰ ਪਿੰਡ 'ਚ ਐਮਐਲਏ ਨਰਿੰਦਰ ਕੌਰ ਭਰਾਜ ਰਹੇ, ਉਨੀ ਦੇਰ ਪਿੰਡ ਦੇ ਸਰਪੰਚ ਦੇ ਘਰ ਅੰਦਰ ਅਤੇ ਬਾਹਰ ਪੁਲਿਸ ਦਾ ਪਹਿਰਾ ਰਿਹਾ। ਹੁਣ ਸਵਾਲ ਇਹ ਉੱਠੇ ਕਿ ਇੱਕ ਨੀਂਹ ਪੱਥਰ ਦੇ ਲਈ ਇੰਨੀ ਵੱਡੀ ਗਿਣਤੀ 'ਚ ਪੁਲਿਸ ਵਾਲੇ ਕਿਉਂ? ਨਹੀਂ, ਤੁਹਾਨੂੰ ਲੱਗਦਾ ਨਜ਼ਰਬੰਦ ਇੱਥੇ ਨਜ਼ਰਬੰਦ ਆਪਾਂ ਬੈਠੇ? ਨਹੀਂ, ਇੱਕ ਮਿੰਟ, ਅਸੀਂ ਦੋ ਜਣੇ ਹਾਂ ਅਤੇ ਇਹ ਘਰ ਦੇ ਬੰਦੇ 10-15 ਨੇ, ਕਿ ਦੋ ਬੰਦੇ ਆ, ਇੱਕ ਜ਼ਿੰਮੇਵਾਰ ਅਫਸਰ ਆ। ਨਹੀਂ ਨਹੀਂ, ਦੇਖੋ, ਨਹੀਂ ਨਹੀਂ ਨਹੀਂ, ਉਹ ਸਾਡੇ ਮੁਲਾਜ਼ਮ ਸਾਡੇ ਨਾਲ ਵੈਸੇ ਆਏ ਨੇ, ਵਿਚਾਰਿਆਂ ਨੂੰ ਕੋਈ ਜਾ ਕੇ ਪੁੱਛ ਲਓ ਵੀ ਇਹਨਾਂ ਨੂੰ ਸਾਰਜੀ ਆਏ ਨੇ, ਕੋਈ ਘਰੋਂ ਬਾਹਰ ਜਾ ਰਿਹਾ ਜਾਂ ਅੰਦਰ ਜਾ ਰਿਹਾ, ਤੁਸੀਂ ਪਤਾ ਕਰ ਸਕਦੇ ਕਿਸੇ ਨੂੰ ਰੁਕਿਆ ਸੀ? ਬਿਲਕੁਲ ਨਹੀਂ ਰੁਕਿਆ ਹੈਗਾ। ਉਦਘਾਟਨ ਵਾਲੀ ਜਗ੍ਹਾ ਵੀ ਪੂਰੀ ਛਾਉਣੀ ਤਬਦੀਲ ਕਰੀ ਹੈ, ਕਾਫੀ ਮੁਲਾਜ਼ਮ ਆਏ ਨੇ ਜੀ, ਉੱਥੇ ਵੀ ਸੁਰੱਖਿਆ ਲੈ ਕੇ ਬਹੁਤ ਸਖ਼ਤ ਪ੍ਰਬੰਧ ਕੀਤੇ ਗਏ ਨੇ ਤੁਹਾਡੇ ਕੋਲ? ਦੇਖੋ, ਇਹ ਸਾਡਾ ਸਿਕਿਉਰਿਟੀ ਪ੍ਰੋਗਰਾਮ ਛਪਦਾ ਜਦੋਂ ਜਿਸ ਕੋਈ ਹਾਲਾਤ ਇੱਦਾਂ ਦੇ ਹੁੰਦੇ ਨੇ ਜਾਂ ਤਰ੍ਹਾਂ ਦੇ ਲੋਕ ਫਲਾਹ ਜ਼ਿਆਦਾ ਫੈਲਾ ਦਿੰਦੇ ਨੇ, ਉਹਦੇ ਨਜ਼ਰ ਜਿਹੜਾ ਲਾ ਐਂਡ ਆਰਡਰ ਰੱਖਣਾ ਸਾਡੀ ਡਿਊਟੀ ਹੈ। ਹੁਣ ਇੱਕ ਨੀਂਹ ਪੱਥਰ ਨੂੰ ਲੈ ਕੇ ਕਿਵੇਂ ਆਮ ਆਦਮੀ ਪਾਰਟੀ ਐਮਐਲਏ ਨਰਿੰਦਰ ਕੌਰ ਭਰਾਜ ਅਤੇ ਪਿੰਡ ਦੇ ਸਰਪੰਚ ਆਮੋ ਸਾਹਮਣੇ ਨੇ, ਕੀ ਕੁਝ ਉਹ ਕਹਿ ਰਹੇ ਨੇ, ਸੁਣੋ ਜ਼ਰਾ। ਸਰਕਾਰ ਹੈ ਜਿਹੜੀ, ਆਪ ਸਰਕਾਰ ਹੈ, ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਲੈ ਕੇ ਜਿਹੜੀ ਵਚਨਬੱਧ ਹੈ, ਔਰ ਇਸ ਨਗਰ 'ਚ ਜਦੋਂ ਵੀ ਆਉਂਦੇ ਸੀ ਤਾਂ ਹਮੇਸ਼ਾ ਡਿਮਾਂਡ ਰਹਿੰਦੀ ਸੀ ਕਿ ਜਿਹੜੇ ਸਾਡੇ ਗਰੀਬ ਪਰਿਵਾਰ ਨੇ, ਖਾਸ ਤੌਰ 'ਤੇ ਜੇ ਮੈਂ ਗੱਲ ਕਰਾਂ, ਤਾਂ ਉਹਨਾਂ ਨੂੰ ਕੋਈ ਵੀ ਛੋਟੇ ਮੋਟੇ ਕੋਈ ਪ੍ਰੋਗਰਾਮ ਕਰਨਾ, ਕੁਛ ਵੀ ਕਰਨਾ, ਤਾਂ ਉਹਨਾਂ ਨੂੰ ਬੜੀ ਦਿੱਕਤ ਸੀਗੀ ਅਤੇ ਭਵਾਨੀਗੜ੍ਹ ਤੋਂ ਹਟ ਕੇ ਜਿਹੜਾ ਪਿੰਡ ਆ ਜਾਂਦਾ, ਸੋ ਉਹਨਾਂ ਦੇ ਲਈ ਬੜੀ ਦਿੱਕਤ ਸੀ। ਸੋ ਉਸ ਦੇ ਲਈ ਜਿਹੜਾ ਅਸੀਂ ਨੇ ਇੱਕ ਕਮਿਊਨਿਟੀ ਪੈਲਸ, ਜਿਹੜਾ ਤੁਸੀਂ ਹਾਲ ਕਹਿ ਲਓ ਜਾਂ ਇਹਨੂੰ ਮੈਰਿਜ ਪੈਲਸ ਦੀ ਤਰ੍ਹਾਂ, ਜਿੱਦਾਂ ਵੀ ਲੋਕ ਜਿਹੜਾ ਇਹਨੂੰ ਵਰਤਣ ਚਾਹੁੰਦੇ ਨੇ ਇਹਨੂੰ ਵਰਤ ਸਕਦੇ ਨੇ। ਬਕਾਇਦਾ ਨੇ ਉਹ ਕਹਿੰਦੇ ਵੀ ਆਪਣਾ ਵਿਰੋਧ ਕਰ ਰਹੇ ਨੇ, ਵੀ DSP ਸਾਹਿਬ ਉਹਨਾਂ ਜਾ ਕੇ ਨਜ਼ਰਬੰਦ ਕੀਤਾ, ਇਹ ਦੋਸ਼ ਲਾਏ ਨੇ ਕਿਵੇਂ? ਨਹੀਂ, ਮੇਰੇ ਕੋਲ ਕੋਈ ਇੱਦਾਂ ਦੀ ਇਨਫੋਰਮੇਸ਼ਨ ਨਹੀਂ ਹੈ। ਦੇਖੋ, ਮੈਂ ਕਿਉਂਕਿ ਸਾਰੀ ਪੰਚਾਇਤ ਆਪਣੀ ਆ ਔਰ ਸਾਰਿਆਂ ਨੇ ਮੇਰਾ ਸਾਥ ਦਿੱਤਾ, ਅਤੇ ਕੱਲ੍ਹ ਵੀ ਮੇਰੀ ਸਰਪੰਚ ਸਾਹਿਬ ਨਾਲ ਸਾਡੀ ਫੋਨ 'ਤੇ ਵੀ ਗੱਲਬਾਤ ਹੋਈ ਹੈ, ਅਤੇ ਬਕਾਇਦਾ ਮੇਰੇ ਆਫਿਸ ਦੇ ਰਾਹੀਂ, ਪ੍ਰਸ਼ਾਸਨ ਦੇ ਰਾਹੀਂ ਵੀ ਸੱਦਾ ਲੱਗਿਆ ਹੋਇਆ, ਅਤੇ ਲੋਕਾਂ ਦੀ ਜਿਹੜੀ ਮੰਗ ਆ, ਲੋਕਾਂ ਦੀ ਮੰਗ ਪੂਰਾ ਕਰਨਾ ਹੈ। ਕਿਸੇ ਨੂੰ ਵੀ MP ਅਮਰਜੀਤ ਸਿੰਘ ਮਾਨ ਨੇ ਪਹਿਲਾਂ ਇਹ ਮੇਰੇ ਕੋਲ ਗੱਲ ਆਈ ਸੀਗੀ ਕੱਲ੍ਹ, ਇਸੇ ਵਿਸ਼ੇ ਤੇ ਜਿਹੜਾ ਸਰਪੰਚ ਸਾਹਿਬ ਨਾਲ ਗੱਲ ਹੋਈ ਸੀਗੀ, ਤਾਂ ਉਹਨਾਂ ਨੇ ਵੀ ਮੈਨੂੰ ਮਨਾ ਕੀਤਾ ਕਿ ਕੋਈ ਵੀ MP ਲੈਂਡ ਦੀ ਕੋਈ ਗ੍ਰਾਂਟ ਐਸ ਸੱਚ ਨਹੀਂ ਆਈ ਹੋਈ, ਅਤੇ ਪ੍ਰਸ਼ਾਸਨ ਨੇ ਵੀ ਜਿਹੜਾ ਚੈੱਕ ਕੀਤਾ ਕੋਈ ਵੀ ਸੈਂਕਸ਼ਨ ਲੈਟਰ ਉਹਨਾਂ ਦੇ ਕੋਲ ਹੈਗੀ ਆ, ਕੋਈ ਫੰਡ ਉਹਨਾਂ ਦੇ ਜਿਹੜੇ ਸਰਦਾਰ ਸਿਮਰਨਜੀਤ ਸਿੰਘ ਮਾਨ MP ਸਾਹਿਬ ਵੱਲੋਂ ਜਿਹੜੇ ਕੋਈ ਫੰਡ ਆਏ ਹੋਏ ਨੇ, ਤਾਂ ਕੋਈ ਲੈਟਰ ਦਿਖਾ ਦਿੱਤੀ ਜਾਵੇ ਕਿ ਕਿਸ ਪਰਪਜ਼ ਦੇ ਲਈ, ਕਿੱਥੇ ਦੇ ਲਈ ਫੰਡ ਆਏ ਨੇ। ਤਾਂ ਮੇਰੇ ਕੋਲ ਤਾਂ ਕੱਲ੍ਹ ਦੇ ਅਸੀਂ ਪੁੱਛਿਆ ਵੀ ਉਹਨਾਂ ਨੂੰ, ਕਈ ਜਣਿਆਂ ਨੂੰ ਹੋਰ ਵੀ ਪੁੱਛਿਆ ਕਿ ਭਾਈ ਸਾਨੂੰ ਕੋਈ ਲੈਟਰ ਹੈਗੀ ਆ ਤਾਂ ਦੇ ਦਿਓ, ਕਿਉਂਕਿ ਅਸੀਂ ਕੋਈ ਵੀ ਕੰਮ ਅਸੀਂ ਕਿਸੇ ਵੈਰ ਵਿਰੋਧ ਦੇ ਵਿੱਚ ਨਹੀਂ ਜਾਣਾ ਚਾਹੁੰਦੇ। ਪੰਚਾਇਤ ਘਰ ਦਾ ਉਦਘਾਟਨ ਕਰਨਾ ਸੀ MLA ਸਾਹਿਬ ਨੇ, ਉੱਥੇ ਸਾਡੇ ਪਹਿਲਾਂ ਹੀ 45% ਪਾਰਕ ਦੀ ਉਸਾਰੀ ਹੋਈ ਹੋਈ ਹੈ, 1.5 ਸਾਲ 2.5 ਸਾਲ ਪਹਿਲਾਂ ਹੀ ਉਹਦੀਆਂ ਪੇਮੈਂਟਾਂ ਖੜੀਆਂ ਨੇ। ਜਦੋਂ ਉੱਥੇ ਡਬਲ ਕੰਮ ਹੁੰਦੇ ਨੇ, ਉਹਦੇ ਆਡਿਟਾਂ ਦੀ ਸਮੱਸਿਆ ਆਉਂਦੀ ਆ, ਹੋਰ ਸਮੱਸਿਆ ਆਉਂਦੀ ਆ। ਸਮੱਸਿਆ ਤਾਂ ਸਰਪੰਚ ਨੂੰ ਹੀ ਆਉਣੀ ਆ, ਉਦਘਾਟਨ ਕਰਨ ਵਾਲੇ ਨੂੰ ਉਦਘਾਟਨ ਕਰ ਜਾਣਾ, ਬਿਲਡਿੰਗ ਪਾਉਣ ਵਾਲੇ ਨੇ ਬਿਲਡਿੰਗ ਪਾ ਜਾਣਾ, ਸਰਪੰਚ ਦੀ ਸਮੱਸਿਆ ਨਹੀਂ ਕੋਈ ਸਮਝਦਾ। ਅਸੀਂ ਇਹਨਾਂ ਨੂੰ ਕਿਹਾ ਤੀ ਜਗ੍ਹਾ ਹੋਰ ਸਿਲੈਕਟ ਕਰ ਲਓ, ਸਾਨੂੰ ਇਹੋ ਜਿਹੀ ਕੋਈ ਦਿੱਕਤ ਨਹੀਂ, ਪਿੰਡ ਕੰਮ ਹੋਣਾ ਚਾਹੀਦਾ, ਜ਼ਰੂਰਤ ਆ। ਪਰ ਉਹਦਾ ਐਡਾ ਇਸ਼ੂ ਬਣ ਜੂ, ਇੰਨੀ ਪੁਲਿਸ ਆ ਗਈ, ਉਹ ਚੀਜ਼ ਦਾ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ। ਇੰਨਾ ਤਾਂ ਪਿੱਛੇ ਮੰਤਰੀ ਸਾਹਿਬ ਰਹੇ ਨੇ, ਇੰਨਾ ਤਾਂ ਯਾਰ ਉਹਨਾਂ ਨੇ ਵਿਧਾਇਕ ਵੱਲੋਂ ਕਿਹਾ ਗਿਆ ਵੀ ਮੈਂ ਕੋਈ ਮਤਲਬ ਕਿ ਰੋਕ ਨਹੀਂ ਲਾਈ ਹੈਗੀ। ਉਹ ਕਹਿੰਦੀ ਮੇਰੀ ਕੱਲ੍ਹ ਵੀ ਸਰਪੰਚ ਸਾਹਿਬ ਨਾਲ ਗੱਲ ਹੋਈ ਹੈ, ਕਹਿੰਦੀ ਇਸ ਮੈਟਰ 'ਤੇ ਵੀ ਮੈਂ ਸਿਰਫ ਇੱਕ ਆ ਵੀ ਮੇਰੀ ਜੇ ਤਾਂ ਪੇਮੈਂਟ ਇਹ ਕਰਾ ਦੇਣਗੇ ਤਾਂ ਦਾ ਬੈਟਰ ਆ, ਨਹੀਂ ਉਹ ਜੋ ਵੀ ਉਧਾਰ ਖੜਾ ਸਾਡਾ 5 ਜਾਂ 4.5 ਲੱਖ ਜਿੰਨਾ ਵੀ ਆ,
ਉਹ ਫਿਰ ਪੰਚਾਇਤ ਦੇ ਜੁੰਮੇ ਸਰਪੰਚ ਜੁੰਮੇ ਪੈਣਾ ਜੀ। ਇਹਦੀ ਬਾਹਲੀ ਇਸ਼ੂ 'ਚ ਮੈਂ ਲੰਮੀਆਂ ਗੱਲਾਂ ਕਰਾਂ, ਮੈਂ ਪੋਲੀਟੀਕਲ ਗੇਮ ਖੇਡਾਂ, ਪਰ ਇਹ ਸਮੱਸਿਆ ਮੈਨੂੰ ਹੀ ਆ, ਨਾ ਤਾਂ ਪ੍ਰਸ਼ਾਸਨ ਨੂੰ ਆਈ, ਆਧਾਰ ਕੀ ਨੇ ਚੱਕਿਆ ਹੁੰਦਾ ਸਰਪੰਚ ਨੇ। ਤੁਸੀਂ ਫਿਰ ਅੱਜ ਉਹਦਾ ਵਿਰੋਧ ਕਰਨਾ ਸੀ? ਮੈਂ ਤਾਂ ਉਹਨਾਂ ਨਾਲ ਗੱਲ ਕਰਨੀ ਤੀ, ਮਤਲਬ ਜਾ ਕੇ ਨਾ ਨਾ ਉਹ ਤਾਂ ਗੱਲ ਮੈਂ ਜਾਂ ਉਹ ਜਿੰਨੇ ਵੀ ਅਫਸਰ, ਸਾਡੀ ਤਾਂ ਟੀਮ ਆ ਬਾਈ ਜੀ, ਅਫਸਰ ਸਾਹੀ ਸਾਡੀ ਆ। ਸੰਗਰੂਰ ਦਾ ਇਹ ਪੂਰਾ ਮਾਮਲਾ ਹੈ ਅਤੇ ਇਸ ਪੂਰੇ ਵਿਵਾਦ 'ਚ ਸੰਗਰੂਰ ਦੇ ਸਾਂਸਦ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਵੀ ਨਿੱਤਰ ਆਈ ਹੈ ਅਤੇ ਉਹਨਾਂ ਨੇ ਨਰਿੰਦਰ ਕੌਰ ਭਰਾਜ ਨੂੰ ਸਵਾਲ ਪੁੱਛੇ ਨੇ। ਮੈਨੂੰ ਬਹੁਤ ਅਫਸੋਸ ਹੈ ਕਿ ਸਰਕਾਰ ਇੰਨੀ ਥੱਲੇ ਆ ਕੇ ਡਿੱਗ ਗਈ ਹੈ, ਕਿਉਂਕਿ ਜਿਹੜਾ ਪੱਟੀਵਾਲ ਕਲਾਂ ਦਾ ਮਸਲਾ ਹੈ ਉਹਦੇ 'ਚ ਕੱਲ੍ਹ ਬੀਬਾ ਭਰਾਜ ਪਿੰਡ ਜਾਂਦੇ ਹੈ, ਪਿੰਡ ਪਹੁੰਚਣ ਤੋਂ ਪਹਿਲਾਂ ਸਰਪੰਚ ਸਾਹਿਬ ਨੂੰ ਉਹ ਨਜ਼ਰਬੰਦ ਆਪ ਦੇ ਘਰ 'ਚ ਕਰ ਲੈਂਦੇ ਹੈ, ਫਿਰ ਪਿੰਡ ਦੀ ਆਵਾਮ ਸੰਗਤ ਨੂੰ ਉਹਨਾਂ ਨੂੰ ਨਜ਼ਰਬੰਦ ਕਰ ਲੈਂਦੇ ਹੈ। ਆਹ ਪੱਟੀਵਾਲ ਕਲਾਂ ਦੇ ਸਾਡੇ ਪ੍ਰਧਾਨ ਹੈਗੇ ਹੈ ਅਮਨ ਜੀ, ਅਤੇ ਇਹਨਾਂ ਨੇ ਇਹਨਾਂ ਨੂੰ ਅਤੇ ਨਾਲ ਬਹੁਤ ਸਾਰੇ ਪਿੰਡ ਵਾਸੀਆਂ ਨੂੰ ਇੱਕ ਘਰ 'ਚ ਇਹਨਾਂ ਨੇ ਬੰਨ ਲਿਆ ਸੀਗਾ। 200-300 ਦੇ ਕਰੀਬ ਪੁਲਿਸ ਮੁਲਾਜ਼ਮ ਤੈਨਾਤ ਕੀਤੀ ਸੀਗੀ। ਐਡੀ ਬੇਸ਼ਰਮੀ ਦੀ ਗੱਲ ਹੈ, ਜੇ ਤੁਸੀਂ ਚੁਣੇ ਹੋਏ ਨੁਮਾਇੰਦੇ ਹੋ, ਲੋਕਾਂ ਨੂੰ ਤਾਂ ਤੁਹਾਨੂੰ ਪਿਆਰ ਕਰਨਾ ਚਾਹੀਦਾ, ਤੁਹਾਨੂੰ ਕੀ ਲੋੜ ਹੈ 300 ਮੁਲਾਜ਼ਮਾਂ ਲੈ ਕੇ ਕਿਸੇ ਪਿੰਡ 'ਚ ਵੜਨ ਦੀ। ਹੁਣ ਇਹਨਾਂ ਮੁੰਡਿਆਂ ਨੇ ਇਕੱਠੇ ਹੋ ਕੇ ਸਰਪੰਚ ਸਾਹਿਬ ਨੂੰ ਅਰਜ਼ੀ ਦਿੱਤੀ ਕਿ ਸਰਪੰਚ ਸਾਹਿਬ ਅਸੀਂ ਇਸ ਪਿੰਡ 'ਚ ਇੱਕ ਪਾਰਕ ਬਣਾਉਣਾ ਚਾਹੁੰਦੇ ਹਾਂ, ਅਤੇ ਉਸ ਅਰਜ਼ੀ 'ਤੇ ਸਰਪੰਚ ਸਾਹਿਬ ਨੇ ਕੰਮ ਕੀਤਾ। ਸਰਪੰਚ ਸਾਹਿਬ ਨੇ ਦੇਖਿਆ ਕਿ ਮੈਂ ਪੰਚਾਇਤੀ ਫੰਡ ਵਿੱਚੋਂ ਇੰਨਾ ਕੁ ਰੁਪਈਆ ਇਸ ਪਾਰਕ ਲਈ ਦੇ ਸਕਦਾ, ਅਤੇ ਜਿਹੜਾ ਬਾਕੀ ਹੈਗਾ ਉਹ ਮੈਨੂੰ ਹੋਰ ਕਿਤੋਂ ਮੰਗਣਾ ਪੈਣਾ। ਸਰਪੰਚ ਸਾਹਿਬ ਨੇ ਅਤੇ ਪਿੰਡ ਵਾਸੀਆਂ ਨੇ ਇਕੱਠੇ ਰਲ ਮਿਲ ਕੇ ਮਨਰੇਗਾ 'ਚੋਂ ਪੈਸਾ ਕਢਾਇਆ। ਮਨਰੇਗੇ ਦੇ ਪੈਸੇ ਨਾਲ ਜਿਹੜਾ ਪੰਚਾਇਤੀ ਫੰਡ ਸੀਗਾ ਉਹ ਦੁੱਗਣਾ ਹੋ ਗਿਆ, ਅਤੇ ਜਿੰਨਾ ਕੁ ਪੈਸਾ ਚਾਹੀਦਾ ਸੀਗਾ ਪਾਰਕ ਦੀ ਉਸਾਰੀ ਵਾਸਤੇ ਉਹ ਪੂਰਾ ਹੋ ਗਿਆ। ਪੈਸਾ ਆਹ ਦੇਖੋ, ਆਹ ਪੜ੍ਹੋ ਤੁਸੀਂ ਕੀ ਲਿਖਿਆ ਇੱਥੇ, ਆਹ ਪੈਸਾ 8,32,237 ਰੁਪਈਆ ਸੈਂਕਸ਼ਨ ਹੋ ਗਿਆ ਸੀ। ਇਹ ਸੈਂਕਸ਼ਨਡ ਪੈਸਾ ਹੈ ਮਨਰੇਗਾ ਦਾ, ਸੈਂਟਰ ਸਰਕਾਰ ਦਾ, ਇਹ ਭਗਵੰਤ ਜੀ ਦਾ ਪੰਜਾਬ ਸਰਕਾਰ ਦਾ ਖਜ਼ਾਨਾ ਨਹੀਂ ਹੈਗਾ, ਅਤੇ ਇਹਦੇ 'ਚ ਪੰਚਾਇਤੀ ਫੰਡ ਵੀ ਲਾਇਆ ਹੋਇਆ। ਏਸੀ ਪਾਰਕ 'ਤੇ ਜਿੱਥੇ ਕੰਮ ਸ਼ੁਰੂ ਹੋਇਆ ਪਿਆ ਹੈ, ਮੁਕੰਮਲ ਹੋਣ ਵਾਲਾ, ਉੱਥੇ ਜਾ ਕੇ ਸਾਡੇ ਆਹ ਹੋਣਹਾਰ ਬੀਬਾ ਜੀ ਜਾ ਕੇ ਆਹ ਰੱਖ ਕੇ ਆ ਜਾਂਦੇ ਆ ਨੀਂਹ ਪੱਥਰ। ਐਂਡ ਇਹ ਨੀਂਹ ਪੱਥਰ ਕਾਹਦਾ ਰੱਖਿਆ? ਪੰਚਾਇਤ ਘਰ ਦਾ। ਸਰਪੰਚ ਕੌਣ ਹੈ ਪਿੰਡ ਦਾ? ਆਹ ਸਰਪੰਚ ਸਾਹਿਬ ਨੇ ਪਿੰਡ ਦੇ। ਸਰਪੰਚ ਸਾਹਿਬ ਕਹਿੰਦੇ ਕਿ ਮੈਨੂੰ ਪੰਚਾਇਤ ਘਰ ਦੀ ਲੋੜ ਨਹੀਂ ਹੈਗੀ। ਆਹ ਬੀਬਾ ਜੀ ਕਹਿੰਦੀ ਹੈ ਕਿ ਮੈਨੂੰ ਪੰਚਾਇਤ ਘਰ ਦੀ ਲੋੜ ਹੈਗੀ ਆ। ਪਿੰਡ ਦੇ ਜਿਹੜੇ ਆਮ ਲੋਕ ਹੈ ਉਹ ਕਹਿੰਦੇ ਆ ਕਿ ਸਾਨੂੰ ਪੰਚਾਇਤ ਘਰ ਦੀ ਲੋੜ ਨਹੀਂ ਹੈਗੀ, ਸਾਨੂੰ ਪਾਰਕ ਦੀ ਲੋੜ ਹੈ। ਪਾਰਕ ਮਨਜ਼ੂਰ ਹੋਇਆ ਪਿਆ, ਕੰਮ ਉੱਥੇ ਮੁਕੰਮਲ ਹੋਣ ਵਾਲਾ, ਉੱਥੇ ਖੜ ਕੇ ਆ ਜਾ ਕੇ ਰੱਖ ਕੇ ਆ ਗਏ। ਹੁਣ ਦੱਸੋ ਇਹ ਮੂਰਖਤਾ ਨਹੀਂ ਤਾਂ ਹੋਰ ਕੀ ਆ? 300 ਪੁਲਿਸ ਮੁਲਾਜ਼ਮ, ਜੇ ਤੁਹਾਨੂੰ ਪਤਾ ਕਿ ਤੁਸੀਂ ਕੋਈ ਗਲਤ ਕੰਮ ਕਰਨ ਜਾ ਰਹੇ ਹੋ ਫਿਰ ਤੁਹਾਨੂੰ ਫੋਰਸ ਦੀ ਲੋੜ ਪੈਣੀ ਪੈਣੀ ਆ। ਫਰਜ਼ ਕਰੋ ਮੈਂ ਤੁਹਾਡੇ ਪਿੰਡ ਆ ਕੇ ਕਿਸੇ ਦਾ ਜਲੂਸ ਕੱਢਣ ਲੱਗ ਜਾਂ, ਝੂਠਾ, ਮੈਨੂੰ ਪਤਾ ਹੋਣਾ ਕਿ ਮੈਨੂੰ ਨਾਲ ਆਪ ਦੇ ਮੁਲਾਜ਼ਮਾਂ ਦੀ ਲੋੜ ਪੈਣੀ ਆ। ਕੱਲ੍ਹ ਚੱਕ ਕੇ ਕਿਸੇ ਨੇ ਤੁਹਾਡੇ ਪਿੰਡ 'ਤੇ ਮੈਨੂੰ ਚਪੇੜ ਮਾਰਤੀ ਤਾਂ ਚੰਗਾ ਥੋੜ੍ਹੀ ਨਾ ਲੱਗੂਗਾ। ਹੁਣ ਇਹ ਚਪੇੜਾਂ ਖਾਣ ਵਾਲੇ ਕੰਮ ਕਰ ਰਹੇ ਆ, ਦੇਖੋ ਇਹਨਾਂ ਚੀਜ਼ਾਂ 'ਤੇ ਉਤਰੇ ਹੋਏ ਆ। ਹੁਣ ਤੁਸੀਂ ਇਸ ਵਿਵਾਦ ਦੇ ਹਰ ਪੱਖ ਨੂੰ ਸੁਣਿਆ, ਤੁਹਾਨੂੰ ਕੀ ਲੱਗਦਾ ਇਸ ਕੰਟਰੋਵਰਸੀ 'ਚ, ਇਸ ਵਿਵਾਦ 'ਚ
ਤੁਹਾਨੂੰ ਕੌਣ ਗਲਤ ਅਤੇ ਕੌਣ ਸਹੀ ਲੱਗਦਾ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਦੇਖਦੇ ਰਹੋ ਪੰਜਾਬ ਤੱਕ। ਸੰਗਰੂਰ ਤੋਂ ਪੰਜਾਬ ਤੱਕ ਦੇ ਲਈ ਇਹ ਖਬਰ ਭੇਜੀ ਹੈ ਬਲਵੰਤ ਸਿੰਘ ਵਿੱਕੀ ਨੇ।